ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਚਲੋ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਫ੍ਰੀ ਸੀਰੀਜ਼ ਪਤੰਤੇ ਚੀ ਇਨ ਪੰਜਾਬੀ ਸੋ 58 ਨੰਬਰ ਪੇਜ ਆਪਣਾ ਸ਼ੁਰੂ ਕਰਦੇ ਆ ਅਥੋਰਿਜ਼ਾਜ਼ਿਓਨੇ ਅਲਾ ਸਰਕੂਲਾਜ਼ਿਓਨੇ ਪਰ ਵੇਹਿਕੋਲੀ ਐ ਟ੍ਰਾਂਸਪੋਰਟੀ ਐਕਸੈਪਸ਼ਨਾਲੀ ਸੋ ਹੁਣ ਇੱਥੇ ਆਪਾਂ ਅਥੋਰਟੀ ਦਾਂਗੇ ਅਧਿਕਾਰ ਦਾਂਗੇ ਸਫ਼ਰ ਦੀ ਗੱਡੀਆਂ ਨੂੰ ਤੇ ਟ੍ਰਾਂਸਪੋਰਟ ਨੂੰ eccezionali no, transport no, uh, so, per poter svolgere un trasporto in condizioni di eccezionalità di norma è necessaria una specifica autorizzazione alla circolazione rilasciata dall'ente proprietario o concessionario della strada kenda ਟਰਾਂਸਪੋਰਟ ਕਰਨ ਲਈ ਕੋਈ ਜਿਹੜਾ ਸਮਾਨ ਹੁੰਦਾ ਹੈ ਜੱਥੇਨ ਵਾਲੀ ਦਾ ਵਾਲਾ ਜਿਹੜਾ ਸਮਾਨ ਹੋਏਗਾ ਉਹਨੂੰ ਟਰਾਂਸਪੋਰਟ ਕਰਨ ਲਈ ਤਨੂੰ ਦੇ ਹਿਸਾਬ ਨਾਲ ਲੋੜੇ ਇੱਕ ਸਪੈਸ਼ਲ ਅਥਾਰਟੀ ਦੀ ਸਫਰ ਦੀ ਰੀਲਾ ਸ਼ਾਹਤਾ ਜਿਹੜੀ ਦਿੱਤੀ ਜਾਏਗੀ ਲਿੰਤੇ ਪ੍ਰੋਪਰਟਰੀ ਜਾਂ ਕੁੰਚਸਿਨਾਰੀ ਦਾ ਲਸਟਰਾਡਾ ਤੋਂ ਠੀਕ ਹੈ ਜੀ ਇਹਨਾਂ ਦੋਨਾਂ ਵੱਲੋਂ ਆਪ ਨੂੰ ਅਥਾਰਟੀ ਮਿਲੇਗੀ ਅਧਿਕਾਰ ਮਿਲੇਗਾ ਅਥਾਰਟੀ ਮਿਲੇਗੀ ਵੀ ਹਾਂ ਹੁਣ ਅਸੀਂ ਇਸ ਸਮਾਨ ਨੂੰ ਲੈ ਕੇ ਟਰਾਂਸਪੋਰਟ ਕਰ ਸਕਦੇ ਹਾਂ ਆਪਣੀ ਇਸ ਗੱਡੀ ਨੂੰ ਜਿਹੜੀ ਟਰਾਂਸਪੋਰਟ ਕਰਦੀ ਹੈ ਜੱਥੇਨ ਵਾਲੀ ਸਮਾਨ ਨੂੰ ਉਹ ਲੈ ਕੇ ਜਾ ਸਕਦੇ ਹਾਂ ਠੀਕ ਹੈ ਸੋ ਇਹ ਵੇਰਵਾ l'autorizzazione al trasporto in condizioni di eccezionalità può essere rilasciata volta per volta per più transiti o per determinati periodi di tempo so it taken da peh jedi authority jada adhikar hai is mannu transport karan da chithonale is mannu transport karan da oh ditta ja sakda bolta pher bolta matlab ke single har var je us man transport karna hai odu tanu thorne milegi te age kenda per piu transiti matlab ke multiple transfer multiple matlab jekar apan ik tu zyada karna hove ਆਪਣਾ ਸਫਰ ਕਰਨਾ ਹੋਵੇ ਅਸਮਾਨ ਨਾਲ ਆਪਣੇ ਚਿਤਸਿਓ ਨਾਲੀਤਾ ਨਾਲ ਫਿਰ ਕਹਿੰਦਾ ਤੁਹਾਨੂੰ ਮਲਟੀਪਲਾ ਮਿਲੇਗੀ ਤੇ ਜਾਂ ਫਿਰ ਕਹਿੰਦਾ ਦੀ ਟਰਮੀਨਾਤੀ ਪੀਰੀਯੋਦੀ ਦੀ ਟੈਂਪੋ ਜਾਂ ਇੱਕ ਟਾਈਮ ਲਈ ਮਿਲੇਗੀ ਪੀਰੀਯੋਦਿਕਾ ਹੋਏਗੀ ਉਹ ਟਾਈਮ ਟੂ ਟਾਈਮ ਮਤਲਬ ਕਿ ਜਦੋਂ ਆਪਾਂ ਨੂੰ ਲੋੜ ਪਏਗੀ ਦੀ ਉਦੋਂ ਆਪਾਂ ਲੈ ਸਕਦੇ ਆ ਸੋ ਕੀ ਲੈਣਾ ਹੁੰਦਾ ਅਥਾਰਟੀ ਦੀ ਗੱਲ ਹੋਣੀ ਇੱਥੇ ਯਾਦ ਰੱਖਿਓ ਅਥਾਰਟੀ ਕਿਵੇਂ ਮਿਲਦੀ ਹੈ ਕਿੰਨੀ ਮਿਲਦੀ ਹੈ ਉਹ ਸਾਰਾ ਕੁਝ ਇੱਥੇ ਆਪਾਂ ਦੱਸਿਆ ਹੋਇਆ ਸੋ ਐਬੀਰੋ ਲਾਸਪੇਸੀਫਿਕਾ ਔਥੋਰਿਟਾਜ਼ਿਓਨੇ ਆਲਾ ਸਰਕੂਲਾਜ਼ਿਓਨੇ ਪ੍ਰੇਵਿਸਤਾ ਪਰ ਵੇਈਕੁਲੀ ਓ ਟ੍ਰਾਂਸਪੋਰਟੀ ਐਜੇਕਸਿਓਨ ਦੇਵੇ ਕੰਟੇਨਰੇ ਲੈ ਪ੍ਰੈਸਕ੍ਰਿਸ਼ਨਿ ਦ ਅ ਸੇਗੂਇਰੇ ਇਨ ਕਾਜ਼ੋ ਦੀ ਨੇਵੇ ਗੀਆਚੋ ਨੇਬੀਆ ਓਸਕਾਰਸਾ ਵਿਜ਼ਿਬਿਲਿਤਾ ਕਹਿੰਦਾ ਸਪੈਸ਼ਲ ਅਥੋਰਟੀ ਜਿਹੜੀ ਹੋਏਗੀ ਸਫਰ ਲਈ ਜਿਹੜੀ ਦਿੱਤੀ ਜਾਂਦੀ ਗੱਡੀਆਂ ਜਿਹੜੀ ਟਰਾਂਸਪੋਰਟ ਕਰਦੀਆਂ ਨੇ ਸਮਾਨ ਉਹ ਐਕਸੈਸਨਾਲੀ ਨੂੰ ਦੇਵੇ ਕੰਟੇਨਰੇ ਲੈ ਪ੍ਰੈਸਕ੍ਰਿਸ਼ਨਿ ਦ ਅ ਸੇਗੂਇਰੇ ਮਤਲਬ ਕਿ ਉਹਦੇ ਕੋਲ ਕਈ ਵੀ ਨੁਸਖੇ ਹੋਣੇ ਚਾਹੀਦੇ ਨੇ ਇੱਕ ਤਰ੍ਹਾਂ ਦੇ ਵੀ ਕਿਸ ਤਰੀਕੇ ਨਾਲ ਫਾਲੋ ਕਰਨਾ ਜਿਨ੍ਹਾਂ ਨੂੰ ਆਪਾਂ ਫਾਲੋ ਕਰਾਂਗੇ ਐਸੀ ਕੁਛੇ ਸ਼ਰਤਾਂ ਹੋਣ ਜਿਹਦੇ ਜਿਹਨਾਂ ਨੂੰ ਫਾਲੋ ਕਰਨਾ ਚਾਹੀਦਾ ਇਨਕਾਜ਼ੋ ਦੀ ਨੇਵੇ ਬਰਫ ਪੈਂਤੇ

ਸੋ ਇਹ ਤੇ ਧਿਆਨ ਦੇ ਹੁਣ ਕਹਿੰਦਾ ਪਿਆ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀਮਾ ਦੀ ਇਨੀਸ਼iare ਇਲ ਵਿਆਜੋ ਸਫਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਕੋਈ ਅਥਾਰਟੀ ਮਿਲਦੀ ਹੈ ਅਧਿਕਾਰ ਮਿਲਦਾ ਹੈ ਆਪਣਾ ਕਿਸੇ ਸਮਾਨ ਨੂੰ ਟ੍ਰਾਂਸਪੋਰਟ ਕਰਨ ਲਈ ਚੱਤਸੀ ਨਾਲੀ ਨੂੰ ਲੋੜੇ ਅਨ ਉਤਾਰੇ ਲਿਖਣਾ ਚਾਹੀਦਾ ਹੈ ਓਰਾ ਮਤਲਬ ਕਿ ਕਿਹੜਾ ਟਾਈਮ ਹੈ ਤੇ ਕਿਹੜਾ ਦਿਨ ਨੇ ਦਲ ਨੀਚੋ ਦਲ ਵਿਆਜੋ ਜਦ ਤੁਸੀਂ ਸਫਰ ਸ਼ੁਰੂ ਕੀਤਾ ਮਤਲਬ ਦਿਨ ਅਤੇ ਕੱਡਾ ਉੱਤੇ ਲਿਖਣਾ ਡੇਟ ਤੇ ਆਪਣਾ ਘੰਟਾ ਉੱਤੇ ਲਿਖਣਾ ਕਿੰਨੇ ਵਜੇ ਕਿੰਨੇ ਕਿਹੜੇ ਦਿਨ ਤੇ ਕਿੰਨੇ ਵਜੇ ਸ਼ੁਰੂ ਕੀਤਾ ਸੀ ਸੋ ਵੇਰੋ

ਕਿ ਲਾਰੀ ਲਿਛਾਤਾ ਜਿੰਨੇ ਐ ਡਾਕੂਮੈਂਟ ਤੁਹਾਨੂੰ ਦਿੱਤਾ ਜਿੰਨੇ ਤੁਹਾਨੂੰ ਅਥਾਰਟੀ ਦਿੱਤੀ ਆ ਉਹਦੇ ਕੋਲ ਇਹ ਵਾਪਸ ਦਿੱਤਾ ਜਾਏਗਾ ਠੀਕ ਹੈ ਸੋ ਐਬੇਰੋ ਨੋ ਨੈਚੀਸੀਤਾ ਨੋ ਡੇਲਾ ਸਪੈਸੀਫica ਔਥੋਰੀਜ਼ਾਜ਼ਿਓਨੇ ਅਲਾ ਸਰਕੂਲਾਜ਼ਿਓਨੇ ਪ੍ਰੇਵਿਸਤਾ ਪਰ ਇ ਵੇਈਕੁਲੀ ਐਕਸੇਪਜ਼ਿਓਨਾਲੀ ਵੇਈਕੁਲੀ ਟ੍ਰਾਂਸਪੋਰਟੀ ਅਨਿਮਾਲੀ ਵੀ ਵੀ ਬਾਲਲੇ ਓ ਰੋਟੋਲੀ ਦੀ ਪਾਗਿਆ ਓ ਫੀਨੋ ਦੀ ਅਲਟੇਜ਼ਾ ਮੈਕਸਿਮੋ ਫੀਨੋ ਆ 4.30 ਮੀਟਰ ਕਹਿੰਦਾ ਲੋਡ ਨਹੀਂ ਹੈਗੀ ਕੋਈ ਖਾਸ ਤਰੀਕੇ ਦਾ ਕੋਈ ਕਈ ਅਥਾਰਟੀ ਦੀ ਲੋਡ ਨਹੀਂ ਹੈਗੀ ਸਫਰ ਲਈ ਜੇਕਰ ਗੱਡੀਆਂ ਦੀ ਟ੍ਰਾਂਸਪੋਰਟ ਕਰਨੀਆਂ ਵੀ ਹਨ ਜਿੰਦੇ ਜਾਨ ਬਾਲਲੇ ਨੂੰ ਟਰਾਂਸਪੋਰਟ ਕਰਦੀਆਂ ਪਈਆਂ ਨੇ ਜਾਂ ਫਿਰ ਰੋਥੋਲੀ ਦੀ ਪਾਲੀਆ ਜਾਂ ਫੀਨੋ ਨੂੰ ਟਰਾਂਸਪੋਰਟ ਕਰਦੀਆਂ ਪਈਆਂ ਤਾਂ ਜਿਹਨਾਂ ਦੀ ਉਚਾਈ 4.3 ਮੀਟਰ ਦੀ ਆ ਠੀਕ ਹੈ ਜੀ ਸੋ ਜਿਹਨਦੇ ਜਾਨਵਰਾਂ ਤੁਹਾਨੂੰ ਪਤਾ ਹੀ ਆ ਅਨੀਮਾਲੀ 202 ਬਾਲਲੇ ਉਹ ਰੋਥੋਲੀ ਦੀ ਪਾਲੀਆ ਉਹ ਫੀਨੋ ਆ ਵੀ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਸੀ ਮੈਂ ਕੀ ਹੁੰਦਾ ਜਿਹੜੇ ਉਹ ਤੂੜੀ ਵਾਲੇ ਮੱਠਲ ਜਿਹੇ ਹੁੰਦੇ ਉਹਨਾਂ ਦੀ ਗੱਲ ਹੋਣ ਈ ਜਿਹਨਾਂ ਦੀ ਉਚਾਈ 4.3 ਮੀਟਰ ਦੀ ਆ ਠੀਕ ਹੈ ਸੋ ਇਹ ਮੇਰਾ ਉਹਨਾਂ ਨੂੰ ਇਸ ਲੋਡ ਨਹੀਂ ਹੈਗੀ ਅਸੀਂ ਇਜਾਜ਼ਤ ਦੀ ਇਹ ਗੱਲ ਧਿਆਨ ਰੱਖਿਓ ਨੋਨ ਨੇਚੀ ਸੀ ਤਾਂ ਉਹ ਲਿਖਿਆ ਨੈਲ ਪ੍ਰੋਵੇਦੀਮੈਂ di autorizzazione al trasporto in condizioni di eccezionalità possono essere imposti percorsi prestability e un servizio di scorta tecnica So je sawal ch kenda pe nel provvedimento di autorizzazione al trasporto adras prabandh jala karna sara jehdi setting setting laganiyan inko condizioni di eccezionalità matlab jadon koi vadda samaan pa transport karne paya udon possono essere ho sakde ne imposti percorsi prestability vi jehde raste hunde ne vi kehde raste to eh gaddi guzre gi ਟ੍ਰਾਂਸਪੋਰਟ ਓਪੇਕਸਿਨਾਲੀ ਵਾਲੀ ਉਹ ਰਸਤੇ ਨੂੰ ਪਹਿਲਾਂ ਤੋਂ ਸੈੱਟ ਕਰਨਾ ਪੈਣਾ ਤੇ ਇੱਕ ਸਰਵਿਸਿਓ ਦੀ ਸਕੋਰਤਾ ਟੈਕਨੀਕਾ ਹੋਣਾ ਚਾਹੀਦਾ ਨਾਲ ਕੀ ਹੁੰਦਾ ਇਹ ਤੁਹਾਨੂੰ ਦਿਖਾ ਦਿੰਦਾ ਸੋ ਜਿਹਨੂੰ ਕਿਹਾ ਜਾਂਦਾ ਹੈ ਸਕੋਰਤਾ ਟੈਕਨੀਕਾ ਠੀਕ ਹੈ ਇਦਾਂ ਦੇ ਦੋ ਫਰਗੋਨੇ ਲੱਗੇ ਹੋਣਗੇ ਇੱਕ ਅੱਗੇ ਇੱਕ ਪਿੱਛੇ ਹੋਏਗਾ ਹੋ ਸਕਦਾ ਇੱਕ ਵੀ ਹੋਵੇ ਇੱਕ ਸੋ ਹੋ ਸਕਦੇ ਨੇ ਦੋ ਵੀ ਹੋ ਸਕਦੇ ਨੇ ਕਿਉਂਕਿ ਇਹ ਰਸਤਾ ਦਿਖਾਉਂਦੇ ਨਹੀਂ ਵੀ ਅਸਲ ਰਸਤੇ ਤੋਂ ਜਾਣਾ ਇਦਾਂ ਤੋਂ ਜਾਣਾ ਜਾਂ ਕਿ ਪਿੱਛੇ ਜੇਕਰ ਕੋਈ ਗੱਡੀ ਹੁੰਦੀ ਹੈ ਉਹਨਾਂ ਨੂੰ ਸਾਈਡ 'ਚ ਕਰਦੇ ਨੇ ਠੀਕ ਹੈ ਸੋ ਕਹਿੰਦਾ ਸਕੋਰਤਾ ਟੈਕਨੀਕਾ ਨਾਲ ਹੋਣਾ ਚਾਹੀਦਾ ਸੋ ਐਵੇਰਵਾ ਅਗਲਾ ਸਵਾਲ Per poter svolgere un trasporto in condizioni di eccezionalità di norma non è necessaria una specifica autorizzazione alla circolazione rilasciata dall'ente proprietario o coccensionare della strada. So, itti i galti carditi nette legte non. Okay. Ticche? Osterghi chi chiede? Ma è sufficiente una autocertificazione dello speditore che il carico è stato correttamente caricato e fissato. So, es pure total salvage chiede che piacere. Chiede che se tu sii coi smani eccezionalità di trasporto che chiede, ਤੇ ਤਾਂ ਉਹ ਕਹਿੰਦਾ ਲੋਡ ਨਹੀਂ ਹੈਗੀ ਲੈਂ ਤੇ ਪਰਪਰੇ ਤਾਰੇ ਕੋਲ ਜਾਂਦੀ ਜਾਂ ਕੁੰਜਨ ਸਿਉਨਾਰੇ ਕੋਲ ਜਾਂਦੀ ਤੇ ਇਹ ਕਹਿੰਦਾ ਬਸ ਕਾਫੀ ਹੈ ਮੈਂ ਸਫੀਚੈਂਟ ਤੇ ਕਹਿੰਦਾ ਬਸ ਕਾਫੀ ਹੈ ਇੰਨਾ ਹੀ ਬਹੁਤ ਹੈ ਕਿ ਇੱਕ ਆਉਟੋ ਸਰਟੀਫਿਕੇਟ ਸੋਨੇ ਲੀ ਲੀਏ ਸਪੇਡਿਟੋਰੇਵਲੋਂ ਮਤਲਬ ਜਿਹਨੇ ਸਮਾਨ ਭੇਜਿਆ ਹੈ ਕੇਲ ਕਾਰੀ ਕੋ ਜਿਹੜਾ ਸਮਾਨ ਹੈ ਇਸਤਾ ਤੱਕ ਕੋਰੇਟAMENTE ਕਾਰੀਕਾਟੋ ਐ ਫੈਸਾਟੋ ਜਿਹੜਾ ਸਮਾਨ ਗੱਡੀ ਦੇ ਵਿੱਚ ਲੋਡ ਕੀਤਾ ਗਿਆ ਉਸ ਚੰਗੀ ਤਰ੍ਹਾਂ ਫਿਕਸ ਕੀਤਾ ਹੋਇਆ ਚੰਗੀ ਤਰ੍ਹਾਂ ਲੋਡ ਕੀਤਾ ਹੋਇਆ ਸੋ ਫਾਲਸੋ ਆਪਾਂ ਨੂੰ ਅਥੋਰਟੀ ਲੈਣੀ ਪੈਣੀ ਹੈ ਲਾਉਟਰੀਜ਼ਾਸ਼ਨ ਐਲ ਟ੍ਰਾਂਸਪੋਰਟ ਇਨ ਕੰਡੀਸ਼ਨ ਦੀ ਐਕਸੈਪਸ਼ਨਲਿਟੀ ਦੇਵੇ ਐਸ ਰਿਲਾਸ਼ਾਤਾ ਸੋਲੋ ਵੋਲਟਾ ਪਰ ਵੋਲਟਾ ਕਹਿੰਦਾ ਜਿਹੜੀ ਅਥਾਰਟੀ ਹੁੰਦੀ ਏ ਉਹ ਜਿਹੜੀ ਐਕਸੈਪਸ਼ਨਲਿਟੀ ਵਾਲੀ ਜਿਹੜੀ ਅਥਾਰਟੀ ਹੁੰਦੀ ਏ ਉਹ ਦਿੱਤੀ ਜਾਂਦੀ ਏ ਸਿਰਫ ਵੋਲਟਾ ਪਰ ਵੋਲਟਾ ਇੱਕੋ ਵਾਰੀ ਦਿੱਤੀ ਜਾਂਦੀ ਸਿੰਗਲ ਟਾਈਮ ਵਾਲੀ ਦਿੱਤੀ ਜਾਂਦੀ ਸੋ ਫਾਲਸੋ ਮਲਟੀਪਲਾ ਵੀ ਹੋ ਸਕਦੀ ਏ ਤੇ ਇੱਕ ਹੋਰ ਸੀ ਪੀਰੀਓਡਿਕਾ ਠੀਕ ਏ ਪੀਰੀਓਡਿਕਾ ਵੀ ਹੋ ਸਕਦੀ ਮਲਟੀਪਲਾ ਵੀ ਹੋ ਸਕਦੀ ਤੇ ਸਿੰਗੂਲਾ ਵੀ ਹੋ ਸਕਦੀ ਏ ਸੋ ਇਹ ਫਾਲਸੋ La specifica autorizzazione alla circolazione prevista per i veicoli eccezionali non deve contenere le particolari prescrizioni da seguire in caso di neve, ghiaccio, nebbia o scarsa visibilità. So, ferite non nage, e te che non nage de falso hoia neveles ne fal. O te sam jack, hai te, ma è la same sval. Vedete le svalte. Prima di iniziare il viaggio, sulle specifiche autorizzazioni alla circolazione previste per i veicoli eccezionali, bisogna annotare gli estremi della patente e della carta di qualificazione del conducente alla guida. ਕਹਿੰਦਾ ਆਪਾਂ ਨੂੰ ਅਥਾਰਟੀ ਉੱਤੇ ਲਿਖਣਾ ਪੈਣਾ ਹੈ ਲਿਖਣਾ ਪੈਣਾ ਕਿ ਵੀ ਪਤੰਤੀ ਦੀ ਡਿਟੇਲ ਤੇ ਆਪਣੇ ਕਰਤਾ ਚਰਕੂਲਸੇ ਦੀ ਡਿਟੇਲ ਜਿਹੜਾ ਡਰਾਈਵਰ ਗੱਡੀ ਚਲਾਣ ਰਿਹਾ ਉਹਦੀ ਡਿਟੇਲ ਫਾਲਸੋ ਆਪਾਂ ਨੂੰ ਸਿਰਫ ਡੇਟ ਤੇ ਦਿਨ ਲਿਖਣਾ ਹੁੰਦਾ ਕਨਕਲੂਸੋ ਇਲ ਵਿਆਜੋ ਲਾ ਸਪੈਸੀਫਿਕਾ ਔਥੋਰੀਜ਼ਾਸੀਓਨੇ ਅਲਾ ਚਰਕੂਲਾਸੀਓਨੇ ਪ੍ਰੇਵਿਸਤਾ ਪਰ ਇ ਵੇਈਕੂਲੀ ਇਟੇਕਸਿਓਨਾਲੀ ਵਾ ਰੈਸਟੀਟੂਇਤਾ ਅਲਾ ਉਫੀਚਿਓ ਮੋਟਰੀਜ਼ਾਸੀਓਨੇ ਚਿਵਿਲੇ ਜੇ ਤੂੰ ਕਹਿੰਦਾ ਸਫਰ ਖਤਮ ਹੋ ਜਾਏਗਾ ਜਿਹੜਾ ਅਥਾਰਟੀ ਵਾਲਾ ਲੈਟਰ ਸੀ ਜਿਹੜਾ ਅਥਾਰਟੀ ਸੀ ਆਪਣੀ ਉਹ ਆਪਾਂ ਨੂੰ ਵਾਪ A uh, motorizzazione civile, non falso, una non un lente proprietaria in una popab scernia. Utilita hoyapana panna. Al lente, Allente. So, è falso hoia andavì. La specifica autorizzazione alla circolazione prevista per i veicoli eccezionali è obbligatoria anche per le macchine agricole o operatrici di altezza massima non superiore a 4,30 metri. La canaggia 30 è giuri ਓਬਲੀਗਾਟੋਰੀ ਆ ਵਾ ਗੱਡੀ ਜਿਹੜੀ ਐਗਰੀਕਲਚਰ ਵਾਲੀ ਗੱਡੀਆਂ ਉਹਨਾਂ ਲਈ ਤੇ ਆਪਰੇਟਿੰਗ ਕੰਮ ਕਰਨ ਵਾਲੀ ਗੱਡੀਆਂ ਲਈ ਵੀ ਜਿਨ੍ਹਾਂ ਦੀ ਉਚਾਈ 4.3 ਮੀਟਰ ਤੋਂ ਜ਼ਿਆਦਾ ਨਹੀਂ ਹੈਗੀ ਸੋ ਫਾਲਸ ਹੋ ਜਾਂਦਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਸੋ 158 ਕੰਪਲੀਟ ਵਧਦੇ ਆ ਅੱਗੇ 159 159 ਨੰਬਰ ਪੇਜ ਆ ਆਪਣਾ ਤੇ ਫਰੇਨੋ ਮੋਟੋਰੇ ਆ ਫਰੇਨੋ ਮੋਟੋਰੇ ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਪਿਆ ਫਰੇਨੋ ਹੋ ਗਿਆ ਬ੍ਰੇਕ ਮੋਟੋਰੇ ਹੋ ਗਈ ਮੋਟਰ ਸੋ ਮਤਲਬ ਕਿ ਮੋਟਰ ਦੀ ਬ੍ਰੇਕ ਲਗਾਣੀ ਆ ਆਪਾਂ ਠੀਕ ਹੈ ਭਾਗ ਪਹਿਲਾ ਇਸ ਤੋਂ ਬਾਅਦ ਇਹਦਾ ਇੱਕ ਹੋਰ ਪਾਰਟ ਹੋਏਗਾ ਸੋ ਜੀ ਫ੍ਰੇਨੋਮੋਟੋਰੇ ਹੁੰਦੀ ਕੀ ਚੀਜ਼ ਆ ਕਿਦਾਂ ਕੰਮ ਕਰਦੀ ਤੇ ਕਿੱਥੇ ਦੀ ਵਰਤੋਂ ਹੁੰਦੀ ਆ ਦੋ ਤਰੀਕਿਆਂ ਦੀ ਬ੍ਰੇਕਾਂ ਤੇ ਆਪਾਂ ਨੂੰ ਪਤਾ ਹੀ ਆ ਇੱਕ ਹੋ ਗਈ ਆਪਣੀ ਹੈਂਡ ਬ੍ਰੇਕ ਤੇ ਇੱਕ ਹੋ ਗਈ ਆਪਣੀ ਪੈਡਲ ਬ੍ਰੇਕ ਜਿਹੜੀ ਹੁੰਦੀ ਆ ਨਾਰਮਲ ਬ੍ਰੇਕ ਜਿਹਨੂੰ ਕਹਿੰਦੇ ਆ ਤੇ ਆ ਇੱਕ ਤੀਸਰੀ ਬ੍ਰੇਕ ਆ ਜਿਹੜੀ ਆ ਫ੍ਰੇਨੋਮੋਟੋਰੇ ਸੋ فرض ਕਰੋ ਤੁਹਾਡੀ ਗੱਡੀ ਕਿਸੇ ਲੰਮੇ ਰੂਟ ਤੇ ਜਾ ਰਹੀ ਆ ਤੇ ਕਿ ਤੇਜ਼ ਢਲਾ ਨਿੱਚੇ ਨੂੰ ਆਂਡੀਆਂ ਸੋ ਜੇਕਰ ਤੁਸੀਂ ਉੱਥੇ ਬ੍ਰੇਕ ਕੰਟੀਨਿਊ ਮਾਰੀ ਜਾਓਗੇ ਜਿਹੜੀ ਤੁਹਾਡੀ ਬ੍ਰੇਕ ਏ ਉਹ ਗਰਮ ਹੋ ਜਾਏਗੀ ਸੋ ਬ੍ਰੇਕਾਂ ਨੂੰ ਗਰਮ ਹੋਣ ਤੋਂ ਬਚਾਉਣ ਲਈ ਆਪਾਂ ਫ੍ਰੇਨੋਮੋ ਆਪਾਂ ਨੂੰ ਸਿਰਫ ਇਹਨਾਂ ਮੋਟਰੇ ਦੀ ਵਰਤੋਂ ਕਰਨੀ ਹੁੰਦੀ ਜਿੱਦ ਨਾਲ ਜਿਹੜਾ ਲੋਡ ਇਹੋ ਘਟ ਜੇਗਾ ਆਪਣੀ ਬ੍ਰੇਕਾਂ ਉੱਤੇ ਜਿੱਦ ਨਾਲ ਗਰਮ ਨਹੀਂ ਹੋਣਗੀਆਂ ਤੇ ਉਹ ਹਿੱਸਾ ਜਿਹੜਾ ਆਪਣਾ ਖਰਾਬ ਨਹੀਂ ਹੋਏਗਾ ਸੋ ਕੰਮ ਕਿਦਾਂ ਕਰਦੀ ਆ ਆਪਾਂ ਡੀਜ਼ਲ ਇੰਜਨ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋ ਜੀ ਇਹ ਨੀਚੇ ਗਰਾਰੀ ਜਹੀ ਘੁੰਮਦੀ ਪੀਂ ਸਾਰਿਆਂ ਦੇ ਪਾਸੇ ਤੇ ਉੱਤੇ ਆਪਣਾ ਪਿਸਟਨ ਲੱਗਾ ਜਿਹੜਾ ਪਿਸਟਨ ਕਦੀ ਉੱਤੇ ਕਦੀ ਨੀਚੇ ਕਦੀ ਉੱਤੇ ਕਦੀ ਨੀਚੇ ਜਾਂਦਾ ਸੋ ਪਹਿਲੇ ਫਾਜ਼ੇ ਵਿੱਚ ਵੇਖ ਲੈਣਾ ਕੀ ਹੁੰਦਾ ਪਹਿਲੇ ਫੇਸ ਵਿੱਚ ਕੀ ਹੁੰਦਾ ਅਸਪੀਰਾਟਿਓਨ ਮਤਲਬ ਕਿ ਹਵਾ ਅੰਦਰ ਲੈਂਦਾ ਠੀਕ ਹੈ ਇੱਥੋਂ ਵਾਲ ਖੁੱ ਹੁਣ ਕੀ ਕਰਦਾ ਪਿਆ ਦੋਨੋਂ ਵਾਲ ਬੰਦ ਹੋ ਗਏ ਨੇ ਤੇ ਉੱਤੇ ਜਾਂਦਾ ਪਿਆ ਤੇ ਉੱਤੇ ਨੇ ਪ੍ਰੈਸ਼ਰ ਬਣਾ ਦਿੱਤਾ ਹਵਾ ਹੁਣ ਐਂ ਸੰਗਣੀ ਹੋ ਗਈ ਉੱਥੇ ਬਿਲਕੁਲ ਹਵਾ ਬਹੁਤ ਜ਼ਿਆਦਾ ਸੰਗਣੀ ਹੋ ਗਈ ਬਹੁਤ ਜ਼ਿਆਦਾ ਦਬਾਅ ਬਣ ਗਿਆ ਉੱਥੇ ਤੇ ਫਿਰ ਜਦੋਂ ਉਹ نیچے ਆਣ ਲੱਗਦਾ ਇੱਥੋਂ ਇੱਕ ਪਟਾਕਾ ਪੈਂਦਾ ਜਸ ਕਰਕੇ ਆਪਣਾ ਜਿਹੜਾ ਜਿਹੜੀ ਗਰਾਰੀ ਹੈ ਇਹ ਹੋਰ ਤੇਜ਼ੀ ਨਾਲ ਘੁੰਮਣ ਲੱਗ ਜਾਂਦੀ ਹੈ ਠੀਕ ਹੈ ਸੋ ਇਹਦੇ ਨਾਲ ਹੋਰ ਇਫੈਕਟ ਵੱਧ ਜਾਂਦਾ ਉਸ ਤੋਂ ਬਾਅਦ ਫਿਰ ਇਹ ਵਾਲਾ ਵਾਲ ਖੁੱਲ ਜਾਂਦਾ ਸਾਈਡ ਵਾਲਾ ਜਿਸ ਦੇ ਨਾਲ ਕੀ ਹੁੰਦਾ ਜਿਹੜੀ ਆਪਣੀ ਹਵਾ ਹੁੰਦੀ ਜਿਹੜੀ ਗੈਸ ਹੁੰਦੀ ਹੈ ਉਹ ਬਾਹਰੋਂ ਨਿਕਲ ਜਾਂਦੀ ਹੈ ਠੀਕ ਹੈ ਜੀ ਸੋ ਜਿਹੜੀ ਫ੍ਰੇਨੋਮ ਤੋਰੇ ਹੁੰਦੀ ਹੈ ਉਹ ਕੀ ਕਰਦੀ ਹੈ ਜਿਹੜਾ ਇਹ ਪਟਾਕਾ ਵੱਜਣਾ ਹੁੰਦਾ ਨਾ ਇਹ ਮੇਨ ਪੁਆਇੰਟ ਹੁੰਦਾ ਸਭ ਤੋਂ ਇਹਨੂੰ ਕਰਨ ਤੋਂ ਰੋਕ ਦਿੰਦੀ ਹੈ ਇਹਦੇ ਨਾਲ ਪਟਾਕਾ ਨਹੀਂ ਪੈਂਦਾ ਤੇ ਗੱਡੀ ਜਿਹੜੀ ਆਪਣੀ ਹੌਲੀ ਹੋ ਜਾਂਦੀ ਹੈ ਸੋ ਆ ਇੱਕ ਤਰੀਕਾ ਹੈ ਜਿਹਨੂੰ ਰੋਕਣ ਬਦਲੇ ਆਪਣੀ ਫ੍ਰੇਨੋਮ ਤੋਰੇ ਕਰਨ ਵਾਸਤੇ ਇੱਕ ਹੈ ਦੂਸਰਾ ਤਰੀਕਾ ਹੈ ਜਿਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਅਸਕਾਰੀ ਕੋ ਹੁੰਦਾ ਜਿਹੜਾ ਆਪਣਾ ਸਲੈਂਸਰ ਹੁੰਦਾ ਉਹਦੇ ਸਾਈਡ ਤੇ ਉਹਦੇ ਕੋਲੇ ਤੋਰੇ ਉੱਤੇ ਇੱਕ ਇਦਾਂ ਦਾ ਵਾਲ ਲੱਗਾ ਹੁੰਦਾ ਹੈ ਇਹ ਵਾਲ ਖੁੱਲਦਾ ਹੈ ਬੰਦ ਹੁੰਦਾ ਫਰਫਾਲਾ ਟਾਈਪ ਦਾ ਹੁੰਦਾ ਇੱਕ तितਲੀ ਟਾਈਪ ਦਾ ਹੁੰਦਾ ਠੀਕ ਹੈ ਜੀ ਸ ਤੇ ਆਪਾਂ ਜਿਹੜਾ ਇਹ ਵਾਲ ਹੁੰਦਾ ਇਹਨੂੰ ਬੰਦ ਕਰ ਦਿੰਨੇ ਆ ਇਹ ਵਾਲ ਦੇ ਬੰਦ ਹੋਣ ਨਾਲ ਕੀ ਹੋ ਜਾਂਦਾ ਜਿਹੜੀ ਗੈਸ ਉਹ ਬਾਹਰ ਨਿਕਲਦੀ ਕੋ ਨਹੀਂ ਜਿਸ ਕਰਕੇ ਜਿਹੜੀ ਗੱਡੀ ਆ ਉਹ ਹੌਲੀ ਹੋ ਜਾਂਦੀ ਆ ਠੀਕ ਹੈ ਠੀਕ ਹੈ ਜੀ ਸੋ ਵੱਧਦੇ ਆਪਣੇ ਪਹਿਲੇ ਸਵਾਲ ਤੇ ਅਸਿਓਨਾਂਦੋ ਇਲ ਫਰੇਨੋ ਮੋਟੋਰੇ ਦਲ ਵੇਹੀਕੂਲੀ ਪੇਜ਼ਾਂਤੀ ਇਲ ਡਿਪੋਜ਼ਿਟਿਵ ਓ ਕਿਊ ਦੇਲਾ ਮੰਦਾਤਾ ਦਲ ਗਾਜ਼ੋਲੀਓ ਦਾ ਪਾਰਟੇ ਦਲ ਸਿਸਟੇਮਾ ਦੀ ਇਨੇਚਿਓਨੇ ਸੋ ਕਹਿੰਦਾ ਅਸਿਓਨਾਂਦੋ ਇਲ ਫਰੇਨੋ ਮੋਟੋਰੇ ਮਤਲਬ ਕਿ ਜਦੋਂ ਆਪਾਂ ਫਰੇਨੋ ਮੋਟੋਰੇ ਨੂੰ ਚਲਾ ਦਿੰਨੇ ਆ ਦੇ ਵੇਹੀਕੂਲੀ ਪੇਜ਼ਾਂਤੀ ਭਾਰੀ ਗੱਡੀਆਂ ਦਾ ਇਲ ਡਿਪੋਜ਼ਿਟਿਵ ਓ ਡਿਵਾਈਸ ਕਿਊ ਦੇ ਬੰਦ ਕਰ ਦਿੰਦਾ ਲਾ ਮੰਦਾਤਾ ਪੇਜਣਾ ਗਜ਼ੋਲੀਓ ਨੂੰ ਡੀਜ਼ਲ ਨੂੰ ਦਾ ਭਾਰਤੀ ਦਲ ਸਿਸਟੇਮਾ ਦੀ ਇਨਜੇzione ਸਿਸਟਮਾ ਦੀ ਇਨਜੇzione ਤੋਂ ਜਿਹੜੀ ਆਪਣਾ ਡੀਜ਼ਲ ਜਾਣਾ ਹੁੰਦਾ ਉਹਨੂੰ ਜਾਣਾ ਉਹਨੂੰ ਭੇਜਣਾ ਬੰਦ ਕਰ ਦਿੰਦਾ ਠੀਕ ਹੈ ਜਿਵੇਂ ਮੈਂ ਦੱਸ ਕੇ ਟੈਸੀ ਇਹ ਪਟਾਕਾ ਨਹੀਂ ਬੰਦਦਾ ਕਿਉਂਕਿ ਉੱਥੇ ਤੇਲ ਭੇਜਣਾ ਬੰਦ ਕਰ ਦਿੰਦਾ ਠੀਕ ਹੈ ਸੋ ਆ ਪਹਿਲਾ 베रो si crea una strozzatura del tubo di scarico tramite l'azionamento di un'apposita valvola a farfalla so ਉਹ ਇਹ ਜਿਹੜਾ ਮੈਂ ਤੁਹਾਨੂੰ ਸਮਝਾ ਕੇ ਠੇਈ ਤਿਤਲੀ ਟਾਈਪ ਦਾ ਜਿਹੜਾ ਵਾਲਵਲਾ ਤੁਹਾਨੂੰ ਦਿਖਾ ਕੇ ਠੇਈ ਸੀ ਕਹਿੰਦਾ ਉਹ ਇੱਕ ਰੁਕਾਵਟ ਬਣਾ ਦਿੰਦਾ ਇੱਕ ਤਰ੍ਹਾਂ ਦੀ ਸਤ੍ਰੋਤਸਾ ਤੂਰਾ ਹੁੰਦਾ ਇੱਕ ਤਰ੍ਹਾਂ ਦੀ ਰੁਕਾਵਟ ਬਣਾ ਦਿੰਦਾ ਪਾਈਪ ਵਿੱਚ ਜਿਹੜੀ ਇਸ ਕਾਰਿਕੋ ਕਰਦੀ ਜਿਹੜੀ ਗੈਸ ਨੂੰ ਬਾਹਰ ਕੱਢਦੀ ਉਸ ਪਾਈਪ ਵਿੱਚ ਇੱਕ ਰੁਕਾਵਟ ਲਾ ਦਿੰਦੇ ਅੜਚ ਲਾ ਦਿੰਦਾ ਉਹਦੇ ਵਿੱਚ ਤਰਾਮੀ ਤੇ ਲਾਚਿਓਨਾਮੈਂਟੋ ਦੀ ਅਪੋਸਿਤਾ ਵਾਲਵੋਲਾ ਅ ਫਰਫਾਲਲਾ ਜਿਹੜਾ ਫਰਫਾਲਲਾ ਟਾਈਪ ਦਾ ਜਿਹੜਾ ਵਾਲਵ ਜਿਹੜਾ ਵਾਲ ਲੱਗਾ ਜੀ ਟੁੱਟੀ ਜੀ ਲੱਗੀ ਸੀ ਉਹ ਬੰਦ ਹੋ ਜਾਂਦੀ ਹੈ ਜਿਸ ਦੇ ਸਹਾਰੇ ਆਪਣੀ ਜਿਹੜੀ ਗੈਸ ਉਹ ਬਾਹਰ ਨਹੀਂ ਨਿਕਲਦੀ ਠੀਕ ਹੈ ਉੱਥੇ ਇੱਕ ਰੁਕਾਵਟ ਪੈਦਾ ਹੋ ਜਾਂਦੀ ਹੈ ਰੁਕਾਵਟ ਪੈਦਾ ਕਿਦੇ ਸਹਾਰੇ ਹੁੰਦੀ ਹੈ ਤਰਾਮੀ ਤੇ ਲਾਚਿਓ ਅਗੇ ਲਫਾਜ਼ੇ ਦੇ ਇਸ ਕਾਰਕ ਕੋਲ ਮੋਟਰ ਦੇ ਵਿਵੰਤਾ ਇਨ ਪ੍ਰੈਟਿਕਾ ਉਨਾ ਫਾਜ਼ੇ ਦੀ ਕੰਪਰੈਸ਼ਨੇ ਕੇ ਫਰੇਨਾ ਰਲੈਂਤਾ ਇਲ ਵੇਕੋਲੋ ਕੰਨਰਾ ਫੇਜ਼ ਹੁੰਦਾ ਖਾਲੀ ਕਰਨ ਨੂੰ ਮੋਟਰ ਵਾਲਾ ਮਤਲਬ ਜਿਹੜਾ ਗੈਸ ਨੂੰ ਜਿਹੜੀ ਬਾਹਰ ਕੱਢਦੇ ਆ ਉਹ ਵਾਲਾ ਫੇਜ਼ ਬਣ ਜਾਂਦਾ ਇੱਕ ਕੰਪਰੈਸ਼ਨ ਵਾਲਾ ਫੇਜ਼ ਬਣ ਜਾਂਦਾ ਜਿਸ ਕਰਕੇ ਗੱਡੀ ਜਿਹੜੀ ਆ ਹੌਲੀ ਹੋ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਠੀਕ ਹੈ ਸਲੈਸ਼ ਆ ਵਿੱਚ ਰੁਕ ਜਾਂਦੀ ਹੈ ਹੌਲੀ ਜਾਂਦੀ ਹੈ ਠੀਕ ਹੈ ਸੋ ਵੀਰੋ ਇਲ ਫਰੇਨਾ ਮੋਟੋਰੇ ਦੇ ਦੇ ਵੇਕੋਲੀ ਪੇਸਾਂਤੀ ਪੋ ਐਸੇ ਰੇ ਉਤਿਲਿਜ਼ਾਤੋ ਸੋਲੋ ਸੁਸਟਰਾਦੇ ਇਨ ਡਿਚੇਸਾ ਕਹਿੰਦਾ ਸਿਰਫ ਇਹਨਾਂ ਵਰਤੇ ਜਾ ਸਕਦਾ ਜਿੱਥੇ ਸੜਕਾਂ 'ਚ ਉਤਰਾਈ ਹੋਵੇ ਸਿਰਫ ਆ ਗਿਆ ਸੋਲੋ ਆ ਗਿਆ ਇਸ ਕਰਕੇ ਫਾਲਸ ਹੋ ਗਿਆ ਕਿਉਂਕਿ ਇਹਨਾਂ ਨੂੰ ਸਿਰਫ ਉੱਥੇ ਨਹੀਂ ਵਰਤੇ ਜਾਂਦਾ ਹੋਰ ਵੀ ਗੱਲਾਂ ਲਈ ਕੰਮ ਆਉਂਦਾ ਜੇ ਕਿਤੇ ਰੋਡ ਮੋੜ ਮੋੜ ਘਟਣਾ ਹੋਵੇ ਆਪਾਂ ਨੂੰ ਤਾਂ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਆ ਮਤਲਬ ਜੇ ਇਨਸ਼ੋਰਟ ਜਿੱਥੇ ਬ੍ਰੇਕ ਲਗਾਣੀ ਹੁੰਦੀ ਓ ਬ੍ਰੇਕ ਦਾ ਜਿਹੜਾ ਕੰਮ ਹੈ ਉਹਨੂੰ ਘਟਾਉਣ ਬਦਲੇ ਫ੍ਰੈਨੋ ਮੋਟਰੇ ਚੱਲਦਾ ਅਗਲਾ ਲਫਾਜ਼ੇ ਦੀਸ ਕਾਰੀ ਕੋ ਦਲ ਮੋਟੋਰੇ ਦਿਵੈਂਟਾ ਊਨਾ ਫਾਜ਼ੇ ਦੀ ਅਸਪੀਰਾਜ਼ੋਨੇ ਕੇ ਫ੍ਰੇਨਾ ਰਾਲੈਂਟਾ ਇਲ ਵੇਈਕੋਲੋ ਅਸਪੀਰਾਜ਼ੋਨੇ ਹੁੰਦਾ ਵੀ ਇੱਕ ਉਸੀ ਹਵਾ ਨੂੰ ਖਿੱਚਣਾ ਹਸਪੀਰੇਸ਼ਨ ਨੇ ਕਹਿੰਦਾ ਉਹ ਵਾਲਾ ਫੇਸ ਮੰਨਦਾ ਨਹੀਂ ਉਹ ਵਾਲਾ ਫੇਸ ਹੁੰਦਾ ਕੰਪਰੈਸ਼ਨ ਵਾਲਾ ਠੀਕ ਹੈ ਸੋ ਇਹ ਫਾਲਸ ਹੋ ਆ। ਇਲਦੀ ਪੋਜੀਟਿਵੋ ਥਿਸ ਇਨਨੇਸਤਾ ਆਟੋਮੈਟਿਕAMENTE ਲਾ ਫ੍ਰੇਜ਼ਿਓਨੇ ਪਰ ਸਫਰੂਟਾਰੇ ਲੀਨਰਸੀਆ ਡੈਲ ਵੇਇਕੂਲੋ ਸੋ ਕੰਨੈਲ ਡਿਵਾਈਸ ਯੂ ਡਿਸਇੰਗੇਜ ਕਰ ਦਿੰਦਾ ਜਿਹੜਾ ਲੱਗਾ ਹੁੰਦਾ ਉਹਨੂੰ ਕੱਢ ਦਿੰਦਾ ਆਟੋਮੈਟਿਕਲੀ ਕਲੱਚ ਨੂੰ ਪਰਸ ਫਰੂਟਾਰੇ ਲੀਨਰਸੀਆ ਡੈਲ ਵੇਇਕੂਲੋ ਗੱਡੀ ਦਾ ਜਿਹੜਾ ਲੀਨਰਸੀਆ ਹੁੰਦਾ ਉਹਨੂੰ ਵਰਤਣ ਲਈ ਕਹਿੰਦਾ ਇਦਾਂ ਕਰ ਦਿੰਦਾ ਸੋ ਫਾਲਸ ਹੋ ਜਾਂਦਾ ਵੀ ਕਿਉਂਕਿ ਫ੍ਰੇਨੋ ਮੋਟਰੇ ਦਾ ਕ ਆਪਣੇ ਨੂੰ ਬਸ ਮੋਟਰ ਨੂੰ ਕੁਝ ਜਿਹੜਾ ਕੁਝ ਦੇਰ ਤੱਕ ਲਈ ਕੰਮ ਕਰਨ ਲਈ ਰੋਕਦਾ ਠੀਕ ਹੈ ਇਹਨੂੰ ਆਪਾਂ ਕੰਟੀਨਿਊ ਵਰਤੋਂ ਨਹੀਂ ਕਰ ਸਕਦੇ ਲੰਬੇ ਟਾਈਮ ਲਈ ਵਰਤੋਂ ਨਹੀਂ ਕਰ ਸਕਦੇ ਇਹ ਵੀ ਗੱਲ ਧਿਆਨ ਰੱਖਿਓ 160 ਨੰਬਰ ਪੇਜ ਆ ਤੇ ਭਾਗ ਦੂਸਰਾ ਫ੍ਰੇਨੋ ਮੋਟੋਰੇ ਦਾ ਵਿਦਿਆ ਪਹਿਲੇ ਸਵਾਲ ਤੇ Il freno motore è particolarmente importante per ridurre il rischio di possibile surriscaldamento degli elementi frenanti ਉਹ ਜਿਹੜਾ ਪਹਿਲਾਂ ਸਮਝਾ ਗਿਆ ਠੀਕ ਤੁਹਾਨੂੰ ਵੀ ਜਿਹੜਾ ਫ੍ਰੇਨੋ ਮੋਟੋਰੇ ਹੁੰਦਾ ਉਹ ਖਾਸ ਤੌਰ ਤੇ ਇੰਪੋਰਟੈਂਟ ਹੁੰਦਾ ਜ਼ਰੂਰੀ ਹੁੰਦਾ ਪਾਰਟਿਕੂਲਰਮੈਂਟ ਇੰਪੋਰਟੈਂਟ ਹੈ ਪਰ ਇਹ ਦੂਰੇ ਰਿਸਕ ਨੂੰ ਘਟਾਣ ਲਈ ਖਤਰੇ ਨੂੰ ਜਿਹੜਾ ਪੋਸੀਬਲ ਹੈ ਗਰਮ ਹੁੰਦਾ ਦਿੱਲੀ ਐਲੀਮੈਂਟੀ ਫਰੇਨਾਂਤੀ ਵੀ ਜਿਹੜੀ ਵੀ ਬ੍ਰੇਕ ਮਾਰਨ ਵਾਲੇ ਜਿਹੜੇ ਆਪਣੇ ਹਿੱਸੇ ਹੁੰਦੇ ਨੇ ਜਿਹੜੇ ਪਾਰਟ ਹੁੰਦੇ ਨੇ ਉਹਨਾਂ ਨੂੰ ਗਰਮ ਹੋਣ ਤੋਂ ਬਚਾਣ ਲਈ ਫਰੇਨੋ ਮੋਟੋਰੇ ਖਾਸ ਤੌਰ ਤੇ ਜ਼ਰੂਰੀ ਆ ਸੋ ਵੇਰੋ ਫਰੇਨੋ ਮੋਟੋਰੇ ਐਡ ਇਲ ਰਿਲੈਂਟਾਟੋਰੇ ਨੋਨ ਸੋਨੋ ਦੀ ਪੋਜ਼ਿਟਿਵ ਯੂਗਵਾਲੀ ਮਾ ਅਨੋ ਫੰਕਸ਼ਨੀ ਅਨਾਲੋਗੇ ਕੰਦਾ ਫਰੇਨੋ ਮੋਟੋਰੇ ਤੇ ਰਲੈਂਟਾਟੋਰੇ ਰਲੈਂਟਾਟੋਰੇ ਬਾਰੇ ਆਪਾਂ ਅੱਗੇ ਜਾ ਕੇ ਪੜਾਂਗੇ ਹੁਣ ਅਗਲਾ ਪੇਜ ਆਈ ਆ

a controllo elettronico So ji is sawal ch kehnda paya freno motore wala je device po aisre integrato oh lagga ho sakda hai railing ta tore naal e con impianto di frenatura di servizio billa braking wala je apna system hai odna lagga ho sakda hai inun unico sistema a controllo elettronico dena je control karn wala same electronic system hovega theek hai so evi vero aa agla sawal Con l'azione del solo freno motore non è possibile fermare il veicolo in distanze ragionevoli in tutte le situazioni di marcia. Quando uh, si tratta di un freno motore di Varto Grange, se il freno motore non è possibile, non è possibile che ga, il freno motore di Varto Grange sia possibile in distanze ragionevoli in distanze ragionevoli. ਦੂਰੀ ਤੇ ਰੋਕਣਾ ਗੱਡੀ ਨੂੰ ਮੁਮਕਿਨ ਨਹੀਂ ਹੈਗਾ ਇਨ ਤੁੱੱਤੇਲੇ ਸਿਚੁਏਸ਼ਨਾਂ ਦੀ ਮਾਰਚਾ ਗੱਡੀ ਨੂੰ ਹਰ ਇੱਕ ਸਿਚੁਏਸ਼ਨ ਜਦੋਂ ਆਪਾਂ ਗੱਡੀ ਸੱਪ ਚਲਾਣੇ ਪਿਆ ਸਫਰ ਕਰਨੇ ਪਿਆ ਸੋ ਇਸ ਗੱਲ ਦਾ ਧਿਆਨ ਰੱਖਿਓ ਕਿ ਇਹਦੇ ਨਾਲ ਜਿਹੜਾ ਫ੍ਰੇਨੋ ਮੁੱਤੋਰੇ ਆ ਇਹਦੇ ਨਾਲ ਗੱਡੀ ਰੁਕੇਗੀ ਨਹੀਂ ਸਲੋ ਜ਼ਰੂਰ ਹੋ ਜੇਗੀ ਠੀਕ ਹੈ ਜੀ ਸੋ ਐਵੇਰੋਆ ਇੱਕ ਹੋਰ ਗੱਲ ਤਾਂ ਦੱਸਦਾ ਕਿ ਐ ਫ੍ਰੇਨੋ ਮੁੱਤੋਰੇ ਦੀ ਵਰਤੋਂ ਕਰਨ ਨਾਲ ਇੰਜਨ ਥੋੜਾ ਜਿਹਾ ਗਰਮ ਵੀ ਹੋ ਜਾਂਦਾ ਇਸ ਕਰਕੇ ਇਹਨੂੰ ਜਿਆਦਾ ਦੇਰ ਤੱਕ ਲਈ ਨਹੀਂ ਵਰਤ ਸਕਦੇ ਆਪਾਂ ਇਨੇ ਸਤਾਨਦੋ ਉਨ ਬਾਸੋ ਰਾਪੋਰਟੋ ਡੈਲ ਕਾਂਬਿਓ ਸੀ ਓੱਤਿਨੇ ਉਨ ਮਾਜੋਰੀ ਇੰਨੇ ਸਤਾਂ ਤੋਂ ਉੱਪਰ ਸੋ ਰੈਪੋਰਟੋ ਡੇਲ ਕੈਂਬਿਓ ਮਤਲਬ ਕਿ ਛੋਟੇ ਗੀਅਰ ਪਾੰਦੇ ਹੋਏ ਸੀਓ ਤੀਏ ਨੇ ਉਨ ਮਾਜੋਰ ਇਫੈਟੋ ਫਰੇਨਾੰਤੇ ਡੇਲ ਮੋਟੋਰੇ ਮਤਲਬ ਕਿ ਇਧਨਾ ਬ੍ਰੇਕਿੰਗ ਇਫੈਕਟ ਵੱਧ ਜਾਂਦਾ ਠੀਕ ਹੈ ਵਧੀਆ ਹੋ ਜਾਂਦਾ ਆਪਣਾ ਜਿਹੜਾ ਬ੍ਰੇਕਿੰਗ ਦਾ ਇਫੈਕਟ ਹੁੰਦਾ ਜਿਹੜਾ ਬ੍ਰੇਕ ਮਾਰਨ ਵਾਲਾ ਇਫੈਕਟ ਵਧੀਆ ਹੋ ਜਾਂਦਾ ਜੇਕਰ ਆਪਣਾ ਛੋਟਾ ਗੀਅਰ ਹੋਏਗਾ ਸੋ ਐਵੀਰੋ ਲੇਫੈਟੋ ਫਰੇਨਾੰਤੇ ਡੇਲ ਮੋਟੋਰੇ ਅਸਕੋ ਪਿਊ ਆਪਰੀਤਾ ਦੀ ਚਿਲਿੰਡਰਾਤਾ ਜਨਰਲਮੈਂਟੇ ਮਾਜੋਰੇ ਦੀ ਕੁਲੋ ਦਲ ਮੋਟੋਰੇ ਡੀਜ਼ਲ ਸੋਯੋ ਤੇ ਕਹਿੰਦਾ ਪਿਆ ਜਿਹੜਾ ਇਫੈਕਟ ਹੁੰਦਾ ਹੈ ਬ੍ਰੇਕ ਵਾਲਾ ਦਲ ਮੋਟੋਰੇ ਅਸਕੋਪਿਓ ਸਕੋਪਿਓ ਵਾਲੀ ਜਿਹੜੀ ਮੋਟਰ ਹੋਏਗੀ ਜਿਹਨੂੰ ਆਪਾਂ ਕਹਿੰਦੇ ਆ ਇੰਟਰਨਲ ਕੰਬਨਸ਼ਨ ਇੰਜਨ ਆਪਰੀਤਾ ਦੀ ਚਿਲਿੰਡਰਾਤਾ ਵੀ ਜਦੋਂ ਜਿਹੜੀ ਸਿਲੰਡਰ ਪਾਵਰ ਹੋਏਗੀ ਜਿਹੜੀ ਉਹ ਬਰਾਬਰ ਹੋਵੇ ਜਨਰਲਮੈਂਟੇ ਆਮ ਤੌਰ ਤੇ ਮਾਜੋਰੇ ਹੁੰਦਾ ਜ਼ਿਆਦਾ ਹੁੰਦਾ ਜਿਹੜਾ ਮੋਟਰ ਡੀਜ਼ਲ ਹੁੰਦੀ ਹੈ ਉਹਦੇ ਨਾਲੋਂ ਜ਼ਿਆਦਾ ਹੁੰਦਾ ਇਫੈਕਟ ਜਿਹੜਾ ਫ੍ਰੇਨਾਂ ਤੇ ਵਾਲਾ ਹੁੰਦਾ ਠੀਕ ਹੈ ਡੀਜ਼ਲ ਗੱਡੀ ਵਿੱਚ ਜ਼ਿਆਦਾ ਹੋਏਗਾ ਠੀਕ ਹੈ ਜੀ ਸੋ ਇਹ ਵੇਰੋ ਇਲਫਰੇਨੋ ਮੋਟੋਰੇ ਐ ਪਾਰਟੀਕੁਲਰਮੈਂਤੇ ਐਫੀਸ਼ੀਐਂਟੇ ਸੂਈ ਵੇਹਿਕੋਲੀ ਇਲੈਕਟ੍ਰੀਚੀ ਕਹਿੰਦਾ ਇਲੈਕਟ੍ਰਿਕ ਗੱਡੀਆਂ ਉੱਤੇ ਐ ਜਿਆਦਾ ਇਫੈਕਟਿਵ ਹੁੰਦਾ ਐ ਫਾਲਸੋ ਡੀਜ਼ਲ ਗੱਡੀਆਂ ਦੇ ਜਿਆਦਾ ਇਫੈਕਟੇਡ ਹੁੰਦਾ ਆ ਪੜ ਕੇ ਹਟੇ ਹੁਣੇ ਹੁਣੇ ਅਗਲਾ ਇਲਫਰੇਨੋ ਮੋਟੋਰੇ ਐਜ਼ਿਓਨਾਟੋ ਤ੍ਰਾਮੀਤੇ ਇਲ ਮਾਨੇਟਟੀਨੋ ਡੈਲ ਫਰੇਨੋ ਡੀ ਸਟਾਜ਼ੀਓਨਾਮੈਂਟੋ ਆ ਮੋਲਾ ਕਵਾਂਡੋ ਲੋ ਸਤੇਸੋ ਵਿਏਨੇ ਪੋਰਟਾਟੋ ਅ ਫੀਨੇ ਕੋਰਸਾ ਸੋ ਇਹ ਸਵਾਲ ਚ ਕਹਿੰਦਾ ਪਿਆ ਜਿਹੜੀ ਫ੍ਰੇਨੋ ਮੋਟੋਰੇ ਹੁੰਦੀ ਆ ਉਹ ਸ਼ੁਰੂ ਹੁੰਦੀ ਆ ਲੱਗਦੀ ਆ ਇਲਮਾ ਨੇ ਤੀਨੋਂ ਦਲ ਫ੍ਰੇਨੋ ਦੀ ਸਟਾਜ਼ਿਓਨਾਮੈਂਟੋ ਆ ਮੋਲਾ ਸਪ੍ਰਿੰਗ ਵਾਲੀ ਆਪਣੀ ਪਾਰਕਿੰਗ ਬ੍ਰੇਕ ਨਾਲ ਜਿਹਦਾ ਮਾਨੇ ਤੀਨੋਂ ਮਾਨੇ ਤਿੰਨ ਹੁੰਦਾ ਇੱਕ ਤਰ੍ਹਾਂ ਦਾ ਬਟਨ ਲਗਾ ਲੋ ਕੋ ਛੇ ਜਗਾੜ ਹੋਏਗਾ ਜਿਹਦੇ ਨਾਲ ਫ੍ਰੇਨੋ ਦੀ ਸਟਾਚਿਨਾਮੈਂਟੋ ਲੱਗਦੀ ਆ ਕਵਾਂਡੋ ਲੋ ਸਤੇਸੋ ਵਿਏਨੇ ਪੋਰਟਾਤਾ ਫੀਨੇ ਕੋਰਸਾ ਮਤਲਬ ਜਦੋਂ ਉਹ ਸਪ੍ਰਿੰਗ ਵਾਲੀ ਜਿਹੜੀ ਬ੍ਰੇਕ ਹੋਏਗੀ ਉਹਨੂੰ ਪੂਰਾ ਖਿੱਚ ਦਿੱਤਾ ਜਾਏਗਾ ਤਾਂ ਠੀਕ ਹੈ ਸੋ ਕਹਿੰਦਾ ਤਾਂ ਸ਼ੁਰੂ ਹੁੰਦੀ ਆ ਸੋ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਮੈਲਿਓ ਕਵਾਂਡੋ ਇਲ ਕ ਉਹ ਫੰਕਸ਼ਨ ਆ ਮੈਲਿਓ ਕਰਦੀ ਹੈ ਮਤਲਬ ਵਧੀਆ ਕੰਮ ਕਰਦੀ ਜਦੋਂ ਗੀਅਰ ਨਾ ਪਿਆ ਹੋਵੇ ਕੋਈ ਕੰਬਿਓ ਇਨਫੋਲੇ ਹੋਵੇ ਕੰਬਿਓ ਇਨਫੋਲੇ ਹੁੰਦਾ ਨਿਊਟਰਲ ਠੀਕ ਹੈ ਜੀ ਸੋ ਇਹ ਵੀ ਫਾਲਸ ਹੈ ਐਸਾ ਵੀ ਕੁਝ ਨਹੀਂ ਹੈਗਾ ਐਨ ਦੀ ਪੋਜੀਟਿਵੋ ਕੇ ਸਰਵੇ ਅ ਮਾਂਟੇਨੇਰੇ ਫਰੇਨਾਟੋ ਇਲ ਵੇਇਕੋਲੋ ਕਵਾਂਡੋ ਐ ਇਨ ਸੋਸਤਾ ਸੁਸਟਰਾ ਇਨ ਪੈਂਡੈਂਜ਼ਾ ਕਹਿੰਦਾ ਫ੍ਰੇਨੋ ਮੋਟੋਰੇ ਇੱਕ ਐਸਾ ਡਿਵਾਈਸ ਜਿਹੜੀ ਚਾਹੀਦੀ ਹੁੰਦੀ ਹੈ ਰੱਖਣ ਲਈ ਬ੍ਰੇਕ ਵਿੱਚ ਗੱਡੀ ਨੂੰ ਜਦੋਂ ਗੱਡੀ ਸੋਸਤਾ ਵਿੱਚ ਲੱਗੀ ਹੈ ਇੱਕ ਸੜਕ ਤੇ ਜਿੱਥੇ ਤਲਾ ਹਨ ਜਿਹੜੀ ਸੜਕ ਤੇ ਝੁਕਾਵੇ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਫ੍ਰੇਨੋ ਮੋਤੋਰੇ ਨੂੰ ਆਪਾਂ ਜ਼ਿਆਦਾ ਦੇਰ ਤੱਕ ਨਹੀਂ ਚਲਾ ਕੇ ਰੱਖ ਸਕਦੇ ਇਹਦੇ ਨਾਲ ਇੰਜਨ ਜਿਹੜਾ ਹੋ ਗਰਮ ਹੋ ਸਕਦਾ ਉਹ ਤੇ ਲੋਡ ਪੈ ਸਕਦਾ ਇਲਫ੍ਰੇਨੋ ਮੋਤੋਰੇ ਐਦ ਇਲ ਰੀਲੇਨਟਾਟੋਰੇ ਸੀ ਐਜ਼ਿਓਨਾਨੋ ਆਸਿਏਮੇ ਅਲ ਫ੍ਰੇਨੋ ਦੀ ਸਰਵਿਟਜ਼ਿਓ ਇਨ ਕਾਜ਼ੋ ਦੀ ਪੇਰੀਕੁਲੋ ਇਮੀਡੀਆਟੋ ਕਹਿੰਦਾ ਜਦੋਂ ਇੱਕਦਮ ਕੋਈ ਖਤਰਾ ਆ ਜਾਏ ਸਾਹਮਣੇ ਜਦੋਂ ਆਪਾਂ ਬ੍ਰੇਕ ਮਾਰਨੇ ਆ ਫ੍ਰੇਨੋ ਦੀ ਸਰਵਿਟਸਿਓ ਹੁੰਦੀ ਜਦੋਂ ਆਪਾਂ ਬ੍ਰੇਕ ਬਾਨਾ ਪੈਡਲ ਬ੍ਰੇਕ ਮਾਰਦੇ ਆ ਫ੍ਰੇ ਤੇਰਾ ਲੈਂਟਾਟੋਰ ਇਕੱਠੇ ਸ਼ੁਰੂ ਹੋ ਜਾਂਦੇ ਨੇ ਇਕੱਠੇ ਕੁਦਮ ਓਨ ਹੋ ਜਾਂਦੇ ਜਦੋਂ ਆਪਾਂ ਬ੍ਰੇਕ ਮਾਰਦੇ ਆ ਕਿਸੇ ਵੀ ਖਤਰੇ ਦੇ ਮਾਮਲੇ ਵਿੱਚ ਸੋ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਸੋ ਇੱਥੇ ਹੁਣ ਉਲਟਾ ਲਿਖਤਾ ਇਹਨੇ ਕਹਿੰਦਾ ਇਫੈਕਟ ਫਰੇਨਾਂਂਤੇ ਵਾਲਾ ਜਿਹਦੀ ਮੋਟਰ ਡੀਜ਼ਲ ਹੁੰਦੀ ਆ ਪਰੀਤਾ ਦੀ ਚਲਿੰਦਰਾਤਾ ਜੇਕਰ ਦੋਨਾਂ ਵਿੱਚ ਜਿਹੜੀ ਮੋਟਰੇ ਅਸਕੋਪੀਆ ਹੁੰਦੀ ਤੇ ਜਿਹੜੀ ਡੀਜ਼ਲ ਹੁੰਦੀ ਨਾ ਦੋਨਾਂ ਦੀ ਜੇਕਰ ਚਲਿੰਦਰਾਤਾ ਜਿਹੜੀ ਉਹ ਬਰਾਬਰ ਹੋਵੇ ਫਿਰ ਕਹਿੰਦਾ ਮੋਟਰੇ ਅਸਕੋਪੀਆ ਵਿੱਚ ਜ਼ਿਆਦਾ ਹੋਏਗੀ ਆਪਣਾ ਇਫੈਕਟ ਫਰੇਨਾਂਂਤੇ ਵਾਲਾ ਠੀਕ ਹੈ ਜੀ ਸੋ ਫਾਲਸੋ ਡੀਜ਼ਲ ਗੱਡੀ ਵਿੱਚ ਜ਼ਿਆਦਾ ਇਫੈਕਟ ਹੁੰਦਾ ਨਾ ਕਿ ਮੋਟੋਰੀਆਸਕੋਪੀਓ ਵਿੱਚ ਸੋ ਚਲੋ ਚੰਗਾ ਜੀ ਆਪਣੀ ਵੀਡੀਓ ਨੂੰ ਅੱਜ ਦੀ ਨੂੰ ਇੱਥੇ ਹੀ ਖਤਮ ਕਰਦੇ ਹਾਂ ਤੇ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤੇ ਜਾਣ ਤੋਂ ਪਹਿਲਾਂ ਪਿਛਲੀ ਵੀਡੀਓ ਵਿੱਚ ਪੁੱਛਿਆ ਗਿਆ ਸਵਾਲ ਤੇ ਨਵਾਂ ਸਵਾਲ ਲਾਈਕ ਤੇ ਇਸ ਚੈਨਲ ਦੀ ਸਪੋਰਟ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਵਾਤੂ ਵਾਦ ਕਰਿਓ ਤਾਂ ਜੋ ਹਰ ਇੱਕ ਭੈਣ ਭਰਾ ਤੱਕ ਸਾਡੀ ਆਵਾਜ਼ ਪਹੁੰਚ ਸਕੇ ਸੋ ਚਲੋ ਇਹ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਸਵਾਲ ਤੇ ਪਿਛਲੀ ਵੀਡੀਓ ਵਿੱਚ ਪੁੱਛਿਆ ਗਿਆ ਸਵਾਲ ਸੋ 127 ਨੰਬਰ ਪੇ ਸੀ ਜਿੱਥੋਂ ਮੈਂ ਆਪਣੀ ਪਿਛਲੀ ਵੀ ਤੇ ਜਾਂ ਨਾ ਹੀ ਹੋਵੇ ਲਾਈਟ ਜਿਹੜੀ ਹੁੰਦੀਆਂ ਨੇ ਲੂਚੀ ਪੁਸਤਰੀ ਹੋਰੇ ਪਿਛੇ ਵਾਲੀ ਲਾਈਟਾਂ ਜਾਂ ਜਿਹੜੀ ਆਪਣੀ ਐਮਰਜੈਂਸੀ ਵਾਲੀ ਲਾਈਟ ਨੇ ਉਹ ਜੇਕਰ ਨਾ ਹੋਣ ਇਹ ਆਬਲੀਗਾਟਰੀ ਹੋਆ ਜ਼ਰੂਰੀ ਆ ਲਾਜ਼ਮੀ ਆ ਕਿ ਆਪਾਂ ਨੂੰ ਸਾਈਨ ਦੇਣਾ ਪੈਣਾ ਆਪਣੀ ਖੜੀ ਗੱਡੀ ਨੂੰ ਇੱਕ ਸਿਨੇ ਵਾਲੇ ਤੇ ਅੰਗੂ ਲਾਰੇ ਮੋਬਿਲ ਦੇ ਪੈਰੀਕਲੋਨਾ ਠੀਕ ਹੈ ਉਸ ਤੋਂ ਅੱਗੇ ਨੇ ਲਿਖਤਾ ਸੀ ਆਕੇ ਨਹੀਂ ਚੈਂਤਰੀ ਬਿਤਾਤੀ ਇਸ ਕਰਕੇ ਇਸਵਲ ਫਾਲਸ ਹੋਇਆ ਸੀ ਕਿਉਂਕਿ ਚੈਂਤਰੀ ਬਿਤਾਤੀ ਵਿੱਚ ਆਪਾਂ ਨੂੰ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਸਿਰਫ ਚੈਂਤਰੀ ਬਿਤਾਤੀ ਤੋਂ ਬਾਹਰ ਜਿਹੜਾ ਤ੍ਰਿਆੰਗੁਲਰ ਦੀ ਨਿਸ਼ਾਨ ਹੁੰਦਾ ਆਪਾਂ ਨੂੰ ਚਿੰਤਰੋ ਵੀ ਤਾਂ ਤੂੰ ਬਾਹਰ ਲਗਾਉਣਾ ਹੁੰਦਾ ਨਾ ਕਿ ਅੰਦਰ ਠੀਕ ਹੈ ਜੀ ਸੋ ਇਸ ਗੱਲ ਦਾ ਧਿਆਨ ਰੱਖਿਓ ਇਹਦੇ ਨਾਲ ਸਵਾਲ ਹਮੇਸ਼ਾ ਹੀ ਕੰਫਿਊਜ਼ ਕਰਤਾ ਆ ਪਤੰਤੀ ਬੀਚ ਵੀ ਤੇ ਪਤੰਤੀ ਸੀਜ ਵੀ ਸੋ ਚਲੋ ਜੀ ਹੁਣ ਗੱਲ ਕਰਦੇ ਆ ਆਪਣੇ ਅੱਜ ਦੇ ਸਵਾਲ ਦੀ ਤੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਿੰਨੇ ਅਜੇ ਤੱਕ ਨਹੀਂ ਕੀਤਾ ਜਰੂਰ ਕਰ ਦੇਣ ਸੋ ਜੇ ਹੈ ਮੇਰਾ ਅੱਜ ਦਾ ਸਵਾਲ ਇਤਰਾਇਨੋ ਦੀ ਉਨਵੇਕੋ ਇਨ ავਾਰੀਆ ਐ ਵਿਏਟਾ ਤੋ ਇਨ ਆਉਟੋਟਰਾਦਾ ਸਾਲਵੋ ਕੇ ਇਲ ਤਰਾਇਨੋ ਵੈਂਗਾ ਐseguito ਦ ਆ vehicolo autorizzato al corso stradale ਆਪਣਾ ਜਵਾਬ ਮੈਨੂੰ ਕਮੈਂਟਾਂ 'ਚ ਵਿਰੋਧਾ ਵੀ ਤੇ ਫਾਲਸੋ ਵੀ। ਸੋ ਚਲੋ ਚੰਗਾ ਜੀ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ।